ਮੇਰਾ ਨਾਮ ਗੁਰਦੀਪ ਸਿੰਘ ਹੈ ਜੀ। ਤੁਹਾਡੇ ਬ੍ਰਦਰ ਦਾ ਨਾਮ? ਹਰਦੀਪ ਸਿੰਘ। ਕੀ ਗੱਲ ਕੀ ਹੋਈ ਸੀ? ਗੱਲ ਸਰ ਕੁਛ ਵੀ ਨਹੀਂ, ਘਰੋਂ ਨਿਕਲੇ 3 ਵਜੇ, ਉਸ ਤੋਂ ਬਾਅਦ ਲਾਪਤਾ ਹੀ ਹੋ ਗਏ ਆ। ਅੱਛਾ ਜੀ। ਤੇ ਫੋਨ ਅਸੀਂ ਲਾਉਂਦੇ ਰਹੇ ਆ ਤੇ ਨਹੀਂ ਫੋਨ ਇਹਦਾ ਲੱਗਾ ਨਹੀਂ। ਕਿੰਨੇ ਤਰੀਕ ਨੂੰ ਲਾਪਤਾ ਹੋਇਆ? ਇਹ 11 ਤਰੀਕ। ਅੱਛਾ। 3 ਸ਼ਨੀਵਾਰ 3 ਵਜੇ ਦਾ ਟਾਈਮ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਨਹੀਂ ਇਹਦੇ ਫੋਨ ਲਾਉਂਦੇ ਰਹੇ ਆ, ਫੋਨ ਲੱਗਾ ਨਹੀਂ ਹੈਗਾ। ਤੇ ਅੱਜ ਕਿੱਦਾਂ ਪਤਾ ਲੱਗਿਆ ਤੁਹਾਨੂੰ? ਸਰ ਸਾਹੀ ਇਹ ਕੈਮਰੇ ਕੁਮਰੇ ਚੈੱਕ ਕਰਦੇ ਸੀ ਤੇ ਕੈਮਰੇ ਵਿੱਚ ਸਾਨੂੰ ਪਤਾ ਲੱਗਾ ਕਿ ਇਹਦੇ ਨਾਲ ਮੁੰਡੇ ਦੇ ਆਇਆ, ਫਿਰ ਉਹ ਮੁੰਡੇ ਨੂੰ ਹੀ ਫੜਿਆ। ਕਿਹੜੇ ਮੁੰਡੇ ਨਾਲ ਆਇਆ? ਪਿੰਡ ਦਾ ਹੀ ਆ, ਸਾਡੇ ਪਿੰਡ ਦਾ ਮੁੰਡਾ ਆ ਜੀ। ਅੱਛਾ ਜੀ। ਹਾਂਜੀ। ਉਹਨੇ ਕੀ ਦੱਸਿਆ? ਉਹ ਕਹਿੰਦਾ ਮੈਨੂੰ ਨਹੀਂ ਮਿਲਿਆ ਹੈਗਾ। ਫਿਰ ਰਾਤੀ ਉਹਨੂੰ ਪੁਲਿਸ ਤੋਂ ਚੁਕਵਾਇਆ ਤੇ ਬਾਅਦ 'ਚ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਤੇ ਫਿਰ ਪਤਾ ਲੱਗਾ ਕਿ ਇੱਥੇ ਉਹਨੇ ਸੁੱਟਿਆ ਵਾ। ਕੀ ਮਾਰ ਕੇ ਸੱਟਿਆ? ਮਾਰ ਕੇ। ਕਾਰਨ ਪਤਾ ਲੱਗਿਆ ਕਿਉਂ? ਕਾਰਨ ਨਹੀਂ ਭਾਜੀ ਪਤਾ ਕੋਈ। ਇਹ ਕਿਹੜੀ ਜਗ੍ਹਾ ਹੈਗੀ ਹੈ ਜਿੱਥੇ ਲੱਭਿਆ ਹੈਗਾ? ਇਹ ਚੱਕ ਮਿੰਟਲ ਕਿਹੜਾ? ਮੀਰਪੁਰ। ਮੀਰਪੁਰ ਆ ਜੀ। ਬਜੂਆ ਤੋਂ ਨਹਿਰ ਦੇ ਵਿੱਚ ਸੱਟਿਆ? ਹਾਂਜੀ, ਨਹਿਰ ਸੁੱਟਿਆ ਬਜੂਏ ਵਾਲੇ ਪੁਲ ਤੇ। ਇਹ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਜਿੱਥੇ ਉਹਨਾਂ ਨੇ ਸਿੱਟਿਆ ਸੀ ਉਹਦੇ ਅੱਗੇ ਫਰਦਰ ਉਹਦੀ ਤਲਾਸ਼ ਕਰਦੇ ਹੋਏ ਇੱਥੇ ਆਏ ਹਾਂ, ਕਿਉਂਕਿ ਪਾਣੀ ਦਾ ਬਹਾਅ ਸੀਗਾ, ਪਾਣੀ ਦੇ ਬਹਾਅ ਦੇ ਹਿਸਾਬ ਨਾਲ ਅਸੀਂ ਇੱਧਰ ਨੂੰ ਅੱਗੇ ਚੱਲਦੇ ਆਏ, ਤਲਾਸ਼ ਕਰਦੇ ਆਏ ਹਾਂ ਉਹਨਾਂ ਦੇ ਪਿੰਡ ਦੇ ਹੋਰ ਲੋਕਾਂ ਦੇ ਸਹਿਯੋਗ ਦੇ ਨਾਲ। ਅਤੇ ਅਸੀਂ ਤਲਾਸ਼ ਕਰਦੇ ਹੋਏ ਇੱਥੇ ਸਾਨੂੰ ਇੱਥੋਂ ਪਤਾ ਲੱਗਾ ਕਿ ਇੱਥੇ ਫਸੀ ਹੋਈ ਆ ਝਾੜੀਆਂ ਦੇ ਵਿੱਚ, ਇੱਥੇ ਅੱਗੇ ਰੁਕਾਵਟ ਸੀ, ਇੱਥੇ ਬੋਡੀ ਪਤਾ ਬੋਡੀ ਬਾਹਰ ਕੱਢ ਕੇ ਤਾਂ ਉਹਦੀ ਸ਼ਨਾਖਤ ਕੀਤੀ ਆ, ਬੋਡੀ ਉਸੇ ਹਰਦੀਪ ਸਿੰਘ ਬੰਟੀ ਦੀ ਆ ਜਿਹੜੀ ਉਹਦੇ ਭਰਾ ਨੇ ਉਹਦੇ ਨੇ ਸ਼ਨਾਖਤ ਕਰ ਲਈ ਆ। ਤੇ ਦੋਸ਼ੀਆਂ ਦਾ ਪਤਾ ਲੱਗਿਆ ਜੀ ਨਾਮ? ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ ਦੋਸ਼ੀਆਂ ਤੇ ਬਾਈ ਨੇ ਪਰਚਾ ਦਰਜ ਹੈਗਾ ਆ, ਉਹਨਾਂ ਨੇ ਅਗਵਾ ਕੀਤਾ ਸੀਗਾ। ਕਿਹੜੀ ਜਗ੍ਹਾ ਤੋਂ ਲਾਪਤਾ ਹੋਇਆ ਸੀ? ਇਹ ਚਿੱਤੇਆਣੀ ਤੋਂ ਹੋਇਆ ਸੀ ਆਪਣੇ ਘਰ ਤੋਂ। ਅੱਛਾ ਜੀ। ਕਿੰਨੇ ਦਿਨ ਹੋ ਗਏ, ਕਿੰਨੇ ਦਿਨਾਂ ਬਾਅਦ? ਇਹ ਅੱਜ ਇਹ ਸਾਨੂੰ 12 ਤਰੀਕ ਨੂੰ ਰਿਪੋਰਟ ਹੋਇਆ ਸੀ ਮਿਸਿੰਗ ਜੀ। ਉਸ ਤੋਂ ਬਾਅਦ ਅੱਜ ਇਹਨਾਂ ਨੂੰ ਇਸ ਚੀਜ਼ ਦਾ ਮਿਲਿਆ ਸੀ ਕਿ ਆਹ ਫਲਾਣੇ ਇਹ ਦੋ ਬੰਦਿਆਂ ਨੇ ਜਿਹੜੇ ਦੋਨੇ ਭਰਾ ਹੈਗੇ ਆ ਐਲਬਰਟ ਅਤੇ ਟੋਨੀ, ਵੀ ਇਹਨਾਂ ਨੇ ਇਹਨੂੰ ਕਿਤੇ ਗਾਇਬ ਕਰਤਾ ਆ। ਅੱਛਾ ਜੀ। ਹਾਂ, ਅਗਵਾਹ ਕਰਕੇ ਕਿਤੇ ਬੋਡੀ ਦਾ ਉਹਦੇ ਨਾਲ ਕੋਈ ਕਰ ਸਕਦੇ ਲੋਸ, ਅਤੇ ਉਹਦੇ ਆਧਾਰ 'ਤੇ ਪਰਚਾ 365 ਦਾ ਦਰਜ ਕਰਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਕੇ। ਕੋਈ ਕਾਰਨ ਪਤਾ ਲੱਗਿਆ ਕਿਉਂ ਮਾਰਿਆ ਹੈਗਾ? ਉਹ ਅੱਗੇ ਕਰਦੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ। ਰੋਂਦੇ ਆਓਗੇ ਤੇ ਹੱਸਦੇ ਜਾਓਗੇ, ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਗੁਰੂ ਰਾਜਾ ਸਾਈ ਜੀ। 99-150-2150 ਪਤਾ ਲੁਧਿਆਣਾ। ਗੈਟ ਯੂ ਐਕਲਵ ਬੈਕ ਇਨ ਯੋਰ ਲਾਈਫ 100% ਗਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਖੋਇਆ ਹੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ 'ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਤਲਾਕ ਕੇਸ, 3 ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ 'ਚ ਪੱਕਾ ਹੋਣਾ, ਇਮੀਗ੍ਰੇਸ਼ਨ ਮਸਲੇ, ਜਾਂ ਤੋਂ ਟੋੜੇ ਦਾ ਜੜ ਤੋਂ ਖਾਤਮਾ, ਮੋਹਣੀ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਆਪਣੇ ਵਾਸ 'ਚ ਕਰੋ, ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ। ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੋਬਾਈਲ ਨੰਬਰ 99-150-2150।